ਸਮਾਜ ਦਾ ਕਰਜ਼ਾ ਸਾਰਿਆਂ ਦੇ ਸਿਰ ਹੈ ਇਸ ਨੂੰ ਚੁਕਾਉਣਾ ਪਵੇਗਾ ਇਸ ਕਰਜ਼ੇ ਤੋਂ ਛੁਟਕਾਰਾ ਪਾਏ ਬਿਨਾ ਵਿਅਕਤੀ ਜੀਵਨ ਦਾ ਟੀਚਾ ਪ੍ਰਾਪਤ ਨਹੀਂ ਕਰ ਸਕਦਾ ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰ્ય ਪੁਸਤਕ ਦਾ ਨਾਮ ਜੀਵਨ ਪਥ ਪੁਸਤਕ ਦੀ ਜਾਣਕਾਰੀ ਸਾਧ ਲੈ ਆਪਣਾ ਜੀਵਨ ਪਥ ਤੂੰ ਸਾਹਸੇ ਕਦਮ ਵੜਾਤਾ ਚਲ ਤੋੜ ਅਬ ਤਮ ਨਿਰਾਸ਼ਾ ਕੋ ਤੂੰ ਸਵੈਮ ਪ੍ਰਕਾਸ਼ ਤੂੰ ਬਣਤਾ ਚਲ ਜੀਵਨ ਪਥ ਇੱਕ ਪੌਦਾ ਹੈ ਅਤੇ ਹਿੰਮਤ ਉਸਦੀ ਖਾਦ ਸੰਘਰਸ਼ पाठशाला ਹੈ ਤਾਂ ਵਿਚਾਰ ਜੀਵਨ ਦੇ ਨਿਰਮਾਤਾ ਹਨ ਅਸੀਂ ਸੰਘਰਸ਼ ਵਿੱਚ ਹਿੰਮਤ ਅਤੇ ਚੰਗੇ ਵਿਚਾਰਾਂ ਨਾਲ ਚੱਲ ਕੇ ਆਪਣੇ ਜੀਵਨ ਮਾਰਗ ਨੂੰ ਸਜਾ ਲੈਣਾ ਹੈ ਪੁਸਤਕ ਵਿੱਚੋਂ ਕੁਝ ਪ੍ਰਸ਼ਨ ਇਸ ਮਾਰਗ ਵਿੱਚ ਮਨ ਉੱਤੇ ਕਈ ਸਵਾਲ ਪੈਦਾ ਹੁੰਦੇ ਹਨ ਜਿਵੇਂ ਨਕਾਰਾਤਮਕਤਾ ਦੀਆਂ ਕੰਡਾਂ ਨੂੰ ਕਿਵੇਂ ਤੋੜੀਏ ਹਿੰਮਤ ਦੀ ਖਾਦ ਕੀ ਹੈ ਅਤੇ ਇਸ ਨੂੰ ਜੀਵਨ ਦੇ ਬੂਟੇ ਨਾਲ ਕਿਵੇਂ ਪਾਲਿਆ ਜਾਵੇ ਡਰ ਦੇ ਕੂ ਚੱਕਰ ਵਿੱਚੋਂ ਕਿਵੇਂ ਨਿਕਲੀਏ ਜੀਵਨ ਨੂੰ ਕਿਵੇਂ ਜਾਨੀਏ ਕੀ ਸਾਡੇ ਹਾਲਾਤ ਸਾਡੇ ਸਿੱਖਿਆਕ ਵੀ ਹਨ ਇਹ ਪੁਸਤਕ ਅਜਿਹੇ ਅਨਗਿਣਤ ਸਵਾਲਾਂ ਦੇ ਜਵਾਬਾਂ ਨਾਲ ਪੇਸ਼ ਕੀਤੀ ਗਈ ਹੈ ਜੋ ਜੀਵਨ ਦੇ ਮਾਰਗ ਨੂੰ ਸੁੰਦਰ ਬਣਾਉਂਦੇ ਹਨ ਪੁਸਤਕ ਦੇ ਕੁਝ ਅੰਸ਼ ਮਨੁੱਖ ਨੂੰ ਸੰਸਾਰ ਦਾ ਤਾਜ ਗਹਿਣਾ ਕਿਹਾ ਜਾ ਜਾਂਦਾ ਹੈ ਸਾਡੇ ਲਈ ਕੁਝ ਨਹੀਂ ਹੋਵੇਗਾ ਅਸੀਂ ਕੀ ਕਰ ਸਕਦੇ ਹਾਂ ਅਜੇਹਾ ਨਿਰਾਸ਼ਾਪੂਰਨ ਦ੍ਰਿਸ਼ਟੀਕੋਣ असफलता ਦਾ ਕਾਰਨ ਹੈ ਜਦੋਂ ਮਨੁੱਖ ਦਾ ਦ੍ਰਿਸ਼ਟੀਪੁਣ ਬਦਲਦਾ ਹੈ ਤਾਂ ਉਹ ਸ਼ਰਮ ਸੰਕੋਚ ਦੇ ਪੱਧਰ ਤੇ ਸ਼ਰਧਾ ਅਤੇ ਵਿਸ਼ਵਾਸ ਨਾਲ ਕੰਮ ਕਰਦਾ ਹੈ ਡਰ ਜ਼ਿੰਦਗੀ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਹਿੰਮਤ ਦੇਖ ਕੇ ਡਰ ਡਰਦਾ ਹੈ ਜੀਵਨ ਦਾ ਬੂਟਾ ਹਿੰਮਤ ਦੀ ਖਾਦ ਮੰਗਦਾ ਹੈ ਪੁਸਤਕ ਦੇ ਕੁਝ ਬਿੰਦੂ ਜੀਵਨ ਨੂੰ ਜਾਣੀਏ ਜੀਵਨ ਇੱਕ ਸੰਘਰਸ਼ ਹੈ ਜੀਵਨ ਇੱਕ ਵਿਵਸਥਾ ਹੈ ਦੂਜਿਆਂ ਦੇ ਸੁੱਖ-ਦੁੱਖ ਵਿੱਚ ਭਾਗੀਦਾਰ ਬਣੋ ਆਪਸੀ ਸਹਿਯੋਗ ਯੋਗ ਨਾਲ ਹੀ ਵਿਕਾਸ ਸੰਭਵ ਹੈ ਦੂਜਿਆਂ ਤੋਂ ਸਿੱਖਣ ਵਿੱਚ ਸੰਕੋਚ ਨਾ ਕਰੋ